ਬਿਸਮਿਲ੍ਲਾਹਿਰਹਮਾਨਿਰਹੀਮ ਜੀ ਮੈਂ ਅਲੀ ਅਹਿਮਦ ਗੁਜਰਾਤੀ ਬਾਨੀ ਉਸ ਦਾ ਦਿਲ ਦਰਿਆ ਪਾਕਿਸਤਾਨ ਅੱਜ 14 ਅਗਸਤ ਦਾ ਪੁਰ ਮਸਰਤ ਪੁਰ ਵਕਾਰ ਔਰ ਬਾਬਰਕਤ ਦਿਨ ਸੋ ਅਸੀਂ ਅੱਜ ਦੇ ਦਿਨ ਇਸ ਗੱਲ ਦਾ ਐਦ ਕਰਾਂਗੇ ਕਿ ਕੋਈ ਵੀ ਕੌਮ ਉਹਨਾਂ ਚਿਰ ਆਜ਼ਾਦ ਨਹੀਂ ਹੁੰਦੀ ਜਿੰਨਾ ਚਿਰ ਉਹ ਪੁੱਖ ਨਾਗ ਗੁਰਬਤ اور جہالتੋਂ ਆਜ਼ਾਦ ਨਾ ਹੋਏ ਮੈਜ਼ ਹਕੂਮਤਾਂ ਦਾ ਆਜ਼ਾਦ ਹੋ ਜਾਣਾ ਆਜ਼ਾਦੀ ਨਹੀਂ ਹੁੰਦਾ ਸੋ ਅਸੀਂ ਅਗਰ ਇੱਕ ਪਰਵਕਾਰ ਔਰ ਬਾਵਕਾਰ ਜਿਹੜਾ ਹੈ ਔਰ ਇੱਕ ਆਜ਼ਾਦ ਕੌਮ ਔਰ ਇੱਕ ਆਜ਼ਾਦ ਮੁਲਕ ਬਣ ਕੇ ਜੀਣਾ ਚਾਹਨੇ ਆ ਤੇ ਆਓ ਆਪਣੀ ਇਸ ਕੌਮ ਨੂੰ ਆਪਣੀ ਲੋਕਾਈ ਨੂੰ ਆਪਣੇ ਸਮੁਲਕ ਨੂੰ ਆਪਣੀ ਸਿਆਸਤ ਨੂੰ ਪੁਖ ਨੰਗ ਗੁਰਬਤ جہالت ਔਰ ਬੇਰੋਜ਼ਗਾਰੀ ਤੋਂ ਪਾਕ ਕਰੀਏ ਜੀ ਸ਼ੁਕਰੀਆ